ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਜਲਾਲਾਬਾਦ। ਦੋਸਤੋ, ਵੱਡੀ ਖਬਰ ਆ ਰਹੀ ਹੈ ਕਿ ਸਿੱਖਿਆ ਵਿਭਾਗ ਦੇ ਵਿੱਚ ਕੁਛ ਇੱਕ ਕਰਮਚਾਰੀ ਜੋ ਸਰਦੀਆਂ ਤੋਂ ਪ੍ਰਭਾਵਿਤ ਅੱਗ ਸੇਕ ਰਹੇ ਸੀ, ਔਰ ਅਚਾਨਕ DEO ਵੱਲੋਂ ਛਾਪੇਮਾਰੀ ਕੀਤੀ ਗਈ ਹੈ ਔਰ ਉਹਨਾਂ ਲੋਕਾਂ ਦੇ ਉੱਪਰ ਅਜਿਹੀ ਕਾਰਵਾਈ ਹੋਈ ਹੈ ਜਿਸ ਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਕਿ ਆਖਿਰ ਉਹਨਾਂ ਦੇ ਖਿਲਾਫ਼ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਔਰ ਕਿਹੜੀਆਂ ਲਾਈਨਾਂ ਉਸ ਲੈਟਰ ਵਿੱਚ ਲਿਖੀਆਂ ਗਈਆਂ ਨੇ ਜਿਸ ਕਰਕੇ ਦੁਬਾਰਾ ਉਸ ਕਰਮਚਾਰੀ ਨੂੰ ਬਹਾਲ ਕੀਤਾ ਗਿਆ ਔਰ ਉਹਨਾਂ ਲਾਈਨਾਂ ਨੂੰ ਲੈ ਕੇ ਜੋ ਚਰਚਾ ਛਿੜੀ ਹੈ, ਅਸਲ ਵਿੱਚ ਉਹ ਕੀ ਲਾਈਨਾਂ ਨੇ, ਪੂਰੀ ਜਾਣਕਾਰੀ ਦੇਣ ਲਈ ਮੇਰੇ ਨਾਲ ਜਲਾਲਾਬਾਦ ਤੋਂ ਜੁੜ ਚੁੱਕੇ ਨੇ ਅਰਵਿੰਦਰ ਤਨੇਜਾ ਜੀ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਤਨੇਜਾ ਸਾਹਿਬ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਜੀ ਬਿਲਕੁਲ ਸੋਤਾ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਪੂਰਾ ਮਾਮਲਾ ਜਿਹੜਾ ਅੱਜ ਤੋਂ ਤਕਰੀਬਨ ਇੱਕ ਹਫ਼ਤਾ ਪਹਿਲਾਂ ਦਾ ਮਾਮਲਾ ਹੈ, ਜਦ ਸਥਾਨਕ ਜਲਾਲਾਬਾਦ ਦੇ ਸਿੱਖਿਆ ਦਫ਼ਤਰ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਦੇ ਵੱਲੋਂ ਜਿਹੜੀ ਰੇਡ ਕੀਤੀ ਜਾਂਦੀ ਆ, ਰੇਡ ਦੇ ਦੌਰਾਨ ਜਿਹੜਾ ਕਿ ਅੱਧਾ ਦਰਜਨ ਦੇ ਕਰੀਬ ਜਿਹੜੇ ਮੁਲਾਜ਼ਮ ਨੇ ਉਹ ਗੈਰ ਹਾਜ਼ਰ ਪਾਏ ਜਾਂਦੇ ਆ ਔਰ ਦਫ਼ਤਰ ਦੇ ਵਿੱਚ ਜਿਹੜੇ BPO ਨੇ ਅਤੇ ਸੇਵਾਦਾਰ ਜਿਹੜੀ ਇੱਕ ਲੇਡੀ ਸੀਗੀ ਉਹ ਉੱਥੇ ਹਾਜ਼ਰ ਤਾਂ ਪਾਏ ਜਾਂਦੇ ਨੇ ਪਰ ਉਹ ਡਿਊਟੀ ਦੇ ਦੌਰਾਨ ਅੱਗ ਸੇਕ ਰਹੇ ਪਾਏ ਜਾਂਦੇ ਨੇ, ਜਿਸ ਦੇ ਉੱਪਰ ਜ਼ਿਲ੍ਹਾ ਸਿੱਖਿਆ ਅਫਸਰ ਦੇ ਵੱਲੋਂ ਕਾਰਵਾਈ ਕਰਕੇ ਉਹਨਾਂ ਨੂੰ ਜਿਹੜਾ ਕੀ ਹੈ ਸਸਪੈਂਡ ਕਰ ਦਿੱਤਾ ਜਾਂਦਾ ਹੈ ਔਰ ਇਹ ਜਿਹੜੇ ਬਾਕੀ ਦੇ ਜਿਹੜੇ 4 ਅਧਿਕਾਰੀ ਨੇ ਉਹ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਦੇ ਕਰਕੇ ਉਹਨਾਂ ਦੇ ਕਾਰਵਾਈ ਦੇ ਲਈ ਵਿਭਾਗ ਨੂੰ ਲਿਖ ਦਿੱਤਾ ਜਾਂਦਾ ਹੈ। ਪਰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਕੀ ਹੈ ਟਵਿਸਟ ਅਸੀਂ ਕਹਿ ਸਕਦੇ ਹਾਂ ਉਦੋਂ ਆਉਂਦਾ ਹੈ ਕਿ ਜਦੋਂ ਇਹਨਾਂ ਜਿਹੜੇ ਦੋ ਕਰਮਚਾਰੀ ਅੱਗ ਸੇਕ ਰਹੇ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਤੀਵੀਂ ਜਿਹੜੀ ਕਿ ਸੇਵਾਦਾਰ ਦਾ ਕੰਮ ਕਰਦੀ ਸੀ ਉਸਨੂੰ ਜਦ ਬਹਾਲ ਕਰ ਦਿੱਤਾ ਜਾਂਦਾ ਔਰ ਬਹਾਲੀ ਦੇ ਲਈ ਜਿਹੜਾ ਤਰਕ ਦਿੱਤਾ ਜਾਂਦਾ ਉਹ ਤਰਕ ਜਿਹੜਾ ਉਹ ਸੋਸ਼ਲ ਮੀਡੀਆ ਤੇ ਬਹੁਤ ਜਿਹੜਾ ਕਿ ਵਾਇਰਲ ਹੋ ਰਿਹਾ ਔਰ ਲੋਕ ਜਿਹੜੇ ਚਰਚਾਵਾਂ ਕਰ ਰਹੇ ਨੇ। ਇਸ ਲੈਟਰ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਡਿਊਟੀ ਦੇ ਦੌਰਾਨ ਅੱਗ ਸੇਕਣਾ ਜਿਹੜਾ ਹੈ ਉਹ ਡਿਊਟੀ ਦੀ ਉਲੰਘਣਾ ਦੇ ਵਿੱਚ ਸ਼ਾਮਿਲ ਹੁੰਦਾ ਹੈ, ਕੋਈ ਵੀ ਕਰਮਚਾਰੀ ਡਿਊਟੀ ਦੇ ਦੌਰਾਨ ਅੱਗ ਨਹੀਂ ਸੇਕ ਸਕਦਾ ਔਰ ਨਾਲ ਹੀ ਇਹਦੇ ਤੇ ਤਰਕ ਦਿੱਤਾ ਜਾਂਦਾ ਕਿ ਜਦ ਜ਼ਿਲ੍ਹਾ ਸਿੱਖਿਆ ਅਫਸਰ ਦੇ ਵੱਲੋਂ ਰੇਡ ਕੀਤੀ ਗਈ ਤਾਂ BPO ਅਤੇ ਸਫਾਈ ਕਰਮਚਾਰੀ ਅੱਗ ਸੇਕ ਰਹੇ ਸਨ ਔਰ ਜਦ ਪੜਤਾਲ ਕੀਤੀ ਗਈ ਤਾਂ ਪਤਾ ਚੱਲਿਆ ਕਿ ਦਫ਼ਤਰ ਦੇ ਵਿੱਚ ਤਕਰੀਬਨ ਸਾਰੇ ਹੀ ਕਰਮਚਾਰੀ ਗੈਰ ਹਾਜ਼ਰ ਸਨ ਔਰ ਗੈਰ ਹਾਜ਼ਰ ਹੋਣ ਦੀ ਵਜ੍ਹਾ ਕਰਕੇ ਜਿਹੜੀ ਸਫਾਈ ਕਰਮਚਾਰੀ ਆ ਉਹ ਵਿਹਲੀ ਸੀਗੀ ਔਰ ਜੇਕਰ ਇਹ ਕਰਮਚਾਰੀ ਜਿਹੜੇ ਕਿ ਗੈਰ ਹਾਜ਼ਰ ਸਨ ਇਹ ਦਫ਼ਤਰ ਦੇ ਵਿੱਚ ਹਾਜ਼ਰ ਹੁੰਦੇ ਤਾਂ ਸਫਾਈ ਕਰਮਚਾਰੀ ਨੂੰ ਜਿਹੜਾ ਕਿ ਸਮਾਂ ਨਾ ਮਿਲਦਾ ਅੱਗ ਸੇਕਣ ਦਾ, ਲਿਹਾਜ਼ਾ ਇਸ ਤਰਕ ਦੇ ਆਧਾਰ ਤੇ ਉਸ ਨੂੰ ਜਿਹੜਾ ਕੀ ਹੈ ਸਸਪੈਂਡ ਮੁਅੱਤਲ ਕੀਤਾ ਗਿਆ ਸੀ, ਉਸ ਤੋਂ ਜਿਹੜਾ ਕਿ ਬਹਾਲ ਕੀਤਾ ਜਾਂਦਾ ਔਰ ਤਾੜਨਾ ਦਿੱਤੀ ਜਾਂਦੀ ਹੈ ਕਿ ਅੱਗੇ ਤੋਂ ਡਿਊਟੀ ਦੇ ਟਾਈਮ ਇਸ ਤਰ੍ਹਾਂ ਦੀ ਕਤਾਹੀ ਨਾ ਵਰਤੀ ਜਾਵੇ ਔਰ ਬਾਕੀ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਉੱਤੇ ਕਾਰਵਾਈ ਦੇ ਲਈ ਸੰਬੰਧਿਤ ਵਿਭਾਗ ਨੂੰ ਲਿਖਿਆ ਜਾਂਦਾ ਹੈ। ਇਹ ਜੋ ਤਰਕ ਦਿੱਤਾ ਜਾਂਦਾ ਹੈ ਬਹਾਲ ਕਰਨ ਦੇ ਲਈ ਸੇਵਾਦਾਰ ਕਰਮਚਾਰੀ ਨੂੰ, ਇਸ ਦਾ ਜੋ ਲੈਟਰ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਔਰ ਅੱਜ ਦੀ ਤਰੀਕ ਦੇ ਵਿੱਚ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ, ਲੋਕ ਜਿਹੜਾ ਇਸ ਤਰਕ ਦੇ ਉੱਤੇ ਚਰਚਾ ਕਰ ਰਹੇ ਨੇ। ਇੱਕ ਇਸ ਤਰਕ ਦੇ ਵਿੱਚ ਵੀ ਇੱਕ ਤਰਕ ਦਿਖਾਈ ਦੇ ਰਿਹਾ, ਹਾਲਾਂਕਿ ਇਸ ਨੂੰ ਅਲੱਗ ਅਲੱਗ ਸੋਚ ਹੈ ਲੋਕਾਂ ਦੀ, ਅਲੱਗ ਤਰ੍ਹਾਂ ਸੋਚਦੇ, ਕੋਈ ਲੋਕ ਜਿਹੜੇ ਆ ਉਹ ਇਸ ਤਰਕ ਨੂੰ ਸਹੀ ਮੰਨ ਰਹੇ ਨੇ ਅਤੇ ਕੁਝ ਇਸ ਤਰਕ ਦੇ ਉੱਤੇ ਜਿਹੜਾ ਕਿ ਸਵਾਲ ਉਠਾਉਂਦੇ ਹੋਏ ਦਿਖਾਈ ਦੇ ਰਹੇ ਨੇ, ਤਾਂ ਅੱਜ ਜਿਹੜਾ ਇਹ ਪੂਰਾ ਮਾਮਲਾ ਹੈ ਚਰਚਾ ਦਾ ਵਿਸ਼ਾ ਬਣਿਆ ਹੋਇਆ। ਜੀ ਬਹੁਤ ਬਹੁਤ ਮਿਹਰਬਾਨੀ ਤਨੇਜਾ ਸਾਹਿਬ, ਤੁਸੀਂ ਅਪਡੇਟ ਦਿੱਤੀ ਔਰ ਇਸ ਸੰਬੰਧ ਵਿੱਚ ਤਨੇਜਾ ਜੀ ਨੇ ਗੱਲਬਾਤ ਵੀ ਕੀਤੀ ਹੈ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ। ਕੀ ਗੱਲਬਾਤ ਕੀਤੀ ਹੈ, ਆਓ ਸੁਣਦੇ ਹਾਂ। ਪਿਛਲੇ ਦਿਨੀ ਜਲਾਲਾਬਾਦ 1, ਜਲਾਲਾਬਾਦ 2 ਅਤੇ ਗੁਰਹਰ ਸਹਾਏ ਬਲਾਕ 3 ਚੈੱਕ ਕੀਤਾ ਗਿਆ ਅਤੇ ਉਸ ਵੇਲੇ ਮੌਕੇ 'ਤੇ ਪਾਇਆ ਗਿਆ
ਕਿ ਉਸ ਬਲੋਕ ਦੇ ਵਿੱਚ ਟੋਟਲ 10 ਕਰਮਚਾਰੀ ਸਨ, ਜਿਨ੍ਹਾਂ ਵਿੱਚੋਂ 4 ਪ੍ਰੈਜੈਂਟ ਸੀ ਅਤੇ 6 ਉਸ ਸਮੇਂ ਗੈਰ ਹਾਜ਼ਰ ਸਨ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ? ਅਤੇ ਉਹ ਜਿਹੜੇ ਗੈਰ ਹਾਜ਼ਰ ਕਰਮਚਾਰੀ ਹੈ ਉਹਨਾਂ ਦੀ ਰਿਪੋਰਟ ਜਿਹੜੀ ਆ ਹੈੱਡਕੁਆਰਟਰ ਨੂੰ ਭੇਜੀ ਸੀ, ਪਰ ਮੈਨੂੰ ਉੱਥੋਂ ਆਦੇਸ਼ ਪ੍ਰਾਪਤ ਹੋਏ ਨੇ ਵੀ ਇਹਨਾਂ 'ਤੇ ਕਾਰਵਾਈ BPO ਸਾਹਿਬ ਕਰਨਗੇ, ਅਤੇ ਜਿਹੜੀ BPO 'ਤੇ ਜਿਹੜੀ ਕਾਰਵਾਈ ਆ ਜਿਹੜਾ ਉਸਲੇ ਅੱਗ ਸੇਕ ਰਿਹਾ ਸੀ ਉਹਦੇ 'ਤੇ ਕਾਰਵਾਈ ਵੀ ਮੈਨੂੰ ਆਦੇਸ਼ ਦੇ ਦਿੱਤੇ ਨੇ ਵੀ ਤੁਸੀਂ ਕੀਤੀ ਇਹਨਾਂ ਦੀ ਆਪਣੇ ਪੱਧਰ 'ਤੇ ਕੀਤੀ ਜਾਵੇ। ਅਤੇ ਹੁਣ ਛੇਤੀ ਇਹ ਆਦੇਸ਼ ਮੈਨੂੰ ਕੱਲ੍ਹ ਹੀ ਪ੍ਰਾਪਤ ਹੋਏ ਨੇ ਅਤੇ ਇਹਨਾਂ 'ਤੇ ਕਾਰਵਾਈ ਜਿਹੜੀ ਹੁਣ ਆਰੰਭ ਦਿੱਤੀ ਜਾਵੇਗੀ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3-5 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ। ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ, ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।